ਵੈਲਕਮ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੋਗ ਦੇ ਵਿੱਚ। ਅਤੇ ਮਿੱਤਰੋ, ਅੱਜ ਕਰਤੀ ਤਿਆਰੀ ਆਪਾਂ, ਮੈਂ ਬੈਠਾ ਇਸ ਟਾਈਮ ਸੰਧੂ ਬੱਸ 'ਚ, ਅਤੇ ਅਸੀਂ ਤਿਆਰੀ ਕਰਤੀ ਪੂਰਨਪੁਰ ਤੋਂ ਅੰਮ੍ਰਿਤਸਰ ਗੋਲਡਨ ਟੈਂਪਲ ਚੱਲਾਂਗੇ ਦਰਸ਼ਨ ਮੇਲਾ ਕਰਨ, ਅਤੇ ਗੁਰਦੁਆਰਾ ਸਾਹਿਬ। ਅਤੇ ਮੈਂ, ਗੁਰਜੰਟ ਅਤੇ ਅਮਨ ਇੱਕ ਸਲੀਪਰ 'ਚ ਤਿੰਨ, ਅਤੇ ਦੂਸਰੇ ਸਲੀਪਰ 'ਚ ਆ ਰਵਿੰਦਰ ਅਤੇ ਸੁਖਮਨ, ਅਤੇ ਅਸੀਂ ਪੰਜ ਜਣੇ ਚੱਲੇ ਹਾਂ ਮਿੱਤਰੋ। ਅਤੇ ਬਾਕੀ ਟਰੈਕਟਰ ਦਾ ਸਮਾਨ ਮੋਡੀਫਿਕੇਸ਼ਨ ਦਾ ਵੀ ਲਿਆਵਾਂਗੇ, ਬਣੇ ਰਹੇ ਹੋ ਵਲੋਗ ਦੇ ਵਿੱਚ। ਹੁਣ ਵਲੋਗ ਡੇਲੀ ਵਲੋਗ ਹੋਣਗੇ ਅੰਮ੍ਰਿਤਸਰ ਦੇ, ਪੰਜਾਬ ਦੇ। ਮਿੱਤਰੋ ਮਿਲਦੇ ਹਾਂ ਥੋੜ੍ਹੇ ਚਿਰ ਬਾਅਦ, ਨਾਲੇ ਇੰਜੋਇਮੈਂਟ ਵਿਖਾਉਂਦੇ ਤੁਹਾਨੂੰ ਪੂਰੀ। ਹਾਂਜੀ ਵੀਰ ਜੀ, ਸਵਾਦ ਆ ਰਿਹਾ ਪੂਰਾ। ਆਹ ਤਾਂ ਪਤਾ ਨਹੀਂ ਫੋਨ ਦੇ ਆਸ਼ ਗਿਆ, ਇਹਨਾਂ ਨੂੰ ਘਰ ਵੀ ਹੋਵੇ ਕਿਤੇ ਘੁੰਮਣਾ ਪੈਂਦਾ, ਮੈਂ ਫੋਨ ਨਹੀਂ ਛੱਡਦੇ। ਠੀਕ ਆ, ਬੱਸ 'ਚ ਪੂਰਾ ਸਵਾਦ ਆਉਂਦੇ ਆ। ਇੱਕ ਗੱਲ, ਆਪਣਾ ਇਹਨੂੰ ਗਰਾਊਂਡ ਸਲੀਪਰ ਹੈ, ਗਰਾਊਂਡ ਸਲੀਪਰ 'ਚ ਆਪਾਂ ਤਿੰਨ ਜਣੇ ਖੁੱਲ੍ਹੇ ਡੁੱਲੇ ਹੋ ਕੇ ਬਹਿ ਸਕਦੇ ਹਾਂ, ਪਤਲੇ ਪਤਲੇ। ਕਿਉਂ ਗੁਰਜੰਟ? ਤਿੰਨ ਜਣੇ ਉਹ ਤਾਂ ਗਰਾਊਂਡ ਸਲੀਪਰ ਕਰ ਲਏ ਬੁੱਕ, ਅਤੇ ਖੁੱਲ੍ਹੇ ਡੁੱਲੇ ਹੋ ਗਏ ਆ। ਜੇ ਦੋ ਜਣੇ ਆ ਫਿਰ ਉਤਲਾ ਕਰ ਲਏ, ਥੱਲੇ ਵਾਲਾ ਵਧੀਆ। ਖੇਡਣ ਦੇ ਆ ਮਿੱਤਰ, ਇਹਦੀ ਆ ਗਈ ਵਾਰੀ। ਲੂਣ ਮਿਰਚ ਮਸਾਲਾ ਭੱਜੀ 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 ਮੈਂ ਚੰਗੀ ਤਰ੍ਹਾਂ ਕਰ ਯਾਰ, ਐਨੂੰ ਕਰਨਾ ਥੋੜਾ ਮਿੱਤਰੋ। ਲੂਡੋ ਲੂਡੋ ਖੇਡ ਲਈ ਆ, ਉਹ ਮੁੰਡੇ ਕੋਲ ਪਾਰਟੀ ਲੈਣੀ, ਉਹ ਹਾਰ ਗਿਆ ਵਾ। ਬਾਕੀ ਮੈਂ ਦੂਸਰੇ ਬੰਦਿਆਂ ਕੋਲ ਚੱਲਦਾ ਵਾ। ਕੀ ਮਾਹੌਲ ਚਾਲ ਉਹਨਾਂ ਦਾ, ਕੀ ਕਰ ਰਹੇ? ਹੋਰ ਸੁਣਾ, ਤੂੰ ਬੜਾ ਲੰਮੇ ਪਿਆ, ਤੂੰ ਰਗੜਿਆ ਤਾਂ ਨਹੀਂ? ਪਹਿਲਾਂ ਅਸੀਂ ਲੂਡੋ ਖੇਡੀ ਨਾ, ਪਹਿਲਾਂ ਅਸੀਂ 26 ਜਨਵਰੀ ਖੇਡੀ, ਲਾਲ ਲਾਲ ਤੇ ਅਮਨ ਫੰਡਿਆ 26 ਜਨਵਰੀ। ਉਹ ਤੋਂ ਮੁੜ ਕੇ ਲੂਡੋ ਖੇਡੀ ਹੋਈ, ਹੁਣ ਅਮਨ ਤੋਂ ਪਾਰਟੀ ਲੈਣੀ ਆ। ਪਾਰਟੀ ਕਿੱਧਰ? ਪਾਰਟੀਆਂ ਨਿਕਲ ਚੱਲੀਆਂ ਬਸ। ਟ੍ਰੇਨ ਨੂੰ ਤੇ ਬਹੁਤ ਫਾਇਦੇ 'ਚ ਆ ਨਾ, ਉਹ ਟਿਫਨ ਖੋਲਣ ਨੂੰ ਫਿਰਦਾ ਆ। ਇੱਕ ਨੀ 12 ਵਜੇ ਦੇ ਥੱਲੇ ਆ ਕਾਸ਼ੀਪੁਰ। ਚੱਲ ਬਾਈ ਕਾਸ਼ੀਪੁਰ ਆ ਗਏ, ਕਾਸ਼ੀਪੁਰ 20 ਕਿਲੋਮੀਟਰ ਇੱਥੋਂ। ਹਾਜੇ ਯਾਰ ਕਾਫੀ, ਅੱਜ ਆਪਾਂ 12 ਵਜੇ ਤੁਰੇ ਤੇ ਸਾਰਾ 200 ਕਿਲੋਮੀਟਰ ਹੀ ਕਵਰ ਕੀਤਾ ਹਨਾ। ਥੋੜ੍ਹਾ 200 ਕਿਲੋਮੀਟਰ ਥੋੜ੍ਹਾ ਚਾਹੁੰਦੇ ਜੇ ਹਿਸਾਬ ਨਾਲ, 4:30-5 ਵੱਜਣ ਦੇ ਆ। ਲਓ ਬਾਈ ਮਿੱਤਰੋ, ਕਹਿੰਦੇ ਢਾਬੇ ਦੇ ਰੋਗੀ ਬੱਸ, ਚਾਹ ਪਾਣੀ ਪੀਂਦੇ ਹੁਣ, ਅਤੇ 5:30 ਵੱਜ ਗਏ ਆ। ਟੂਟੀ ਆ ਚੱਲ, ਟੂਟੀ ਛੱਡ ਦੇ ਫਿਰ ਨਲਕਾ ਘੇੜ ਲਈ। ਚਾਹ ਚੱਲ ਰਹੀ ਆ ਮੇਰੇ ਵੀਰੇ, ਚਾਹ ਤੂੰ ਪੀ ਕੇ ਮਿੱਤਰੋ ਤੁਰ ਪਏ ਸੀ, ਅਤੇ ਇੱਧਰ ਫੋਨ ਆ ਗਿਆ
ਕੌਣ ਆ ਗਿਆ ਕਹਿੰਦੇ ਫੜਾ ਫੋਟੋ ਨਹੀਂ ਨਾ ਘੱਲੀਆਂ ਉਹਦੇ ਚੋਂ ਯਾਰ ਮਿੱਤਰੋ ਚੱਲਦੇ ਚੱਲਦੇ ਹਨੇਰਾ ਹੋ ਗਿਆ ਅੰਦਰ ਬਾਹਰ ਦੇਖਣੇ ਜੇ ਬਹੁਤ ਆ ਬਾਕੀ ਬੋਰਡ ਵੀ ਟੈਂਪਰੇਰੀ ਜਾ ਹਲਾ ਹਲੂ ਕੇ ਲਾਉਣਾ ਪੈਂਦਾ ਬਾਹਰ ਤੇ ਮੈਂ ਵਿਊ ਚੈੱਕ ਕਰੋ ਹਨੇਰੀਆਂ ਹੁੰਦੀਆਂ ਬਾਹਰ ਸਿਰਾ ਆ ਪਿਆ ਤੂੰ ਕਿੱਥੇ ਬੈਠਾ ਵਾ ਯਾਦ ਆਉਂਦੀ ਘਰ ਦੀ ਲੋਕੀ ਲੈ ਲੈ ਢਾਬੇ ਦੇ ਮਿੱਤਰ ਬੱਸ ਰੁਕੀ ਆ ਇੱਧਰ ਰੁਕ ਜਾ ਕਰੋ ਦਰਸ਼ਨ ਮਿੱਤਰੋ ਦਰਬਾਰ ਸਾਹਿਬ ਦੇ ਖੇਤੀਬਾੜੀ ਦਾ ਸ਼ੌਂਕ ਆ ਟੋਜਨਾ ਦਾ ਸ਼ੌਂਕ ਆ ਕਿਹੜੀ ਕਿਹੜੀ ਚੀਜ਼ ਦਾ ਸ਼ੌਂਕ ਆ ਟੋਜਨਾ ਵੇਖਣ ਦਾ ਸ਼ੌਂਕ ਆ ਟੋਜਨਾ ਦਾ ਵੀ ਆ ਟ੍ਰੈਕਟਰ ਚਲਾਉਣ ਦਾ ਵੀ ਆ ਜ਼ਿਆਦਾ ਕਿਹਨੂੰ ਕਰਦੇ ਜੀ ਕਿਹਨੂੰ ਲਾਈਕ ਕਰਦੇ ਜ਼ਿਆਦਾ ਲਾਈਕ ਕਰਦੇ ਕਿ ਅਸੀਂ ਮੈਂ ਟੋਜਨ ਪਾਉਣਾ ਵਾ ਮੈਂ ਉਹਨੂੰ ਖਿੱਚਣਾ ਮੈਂ ਉਹਨੂੰ ਖਿੱਚਣਾ ਵਾ ਮੇਰਾ ਟ੍ਰੈਕਟਰ ਨਾ ਖਿੱਚਿਆ ਜਾਵੇ ਮੈਂ ਟੋਜਨ ਪਾਉਣਾ ਮੈਂ ਇਹਦਾ ਧੋਣਾ ਮੇਰਾ ਟ੍ਰੈਕਟਰ ਧੋਣਾ ਵਾ ਚੱਲ ਮੇਰਾ ਟ੍ਰੈਕਟਰ ਧੋ ਦੀ ਪਰ ਤੈਨੂੰ ਸ਼ੌਂਕ ਹੈਗਾ ਵਾ ਬਾਕੀ ਖੇਤੀ ਦਾ ਨੀ ਸ਼ੌਂਕ ਤੁਹਾਨੂੰ ਹੈਗਾ ਉਹ ਤਾਂ ਤੁਸੀਂ ਨਾ ਹੀ ਨੀ ਲਿਆ ਵੀਰ ਜੀ ਤੇ ਪੈੜੀ ਵਾਲ ਤੇ ਕਦੀ ਜਾ ਰਹੇ ਹੈਗਾ ਤੁਸੀਂ ਡੰਗਰ ਆਏ ਘਰੇ ਪੱਠੇ ਕੌਣ ਪਾਉਂਦਾ ਡੰਗਰੀ ਨਹੀਂ ਹੈਗੇ ਪੱਠੇ ਕਿੱਥੇ ਪੈੜੀ ਮੈਂ ਤੁਹਾਨੂੰ ਠੇਕੇ ਦਿੱਤੀ ਤੁਸੀਂ ਐਸ਼ ਕਰਦੇ ਮੁੰਡੇ ਚੰਡੀਗੜ੍ਹ ਵਾਲੇ ਹੈ ਨਾ ਐਸ਼ ਤਾਂ ਚੰਡੀਗੜ੍ਹ ਘੁੰਮ ਕੇ ਆਏ ਆ ਕਾਹਦਾ ਸ਼ੌਂਕ ਹੈ ਤੈਨੂੰ ਖੇਤੀਬਾੜੀ ਦਾ ਵੀ ਸ਼ੌਂਕ ਆ ਟੋਜਰੇ ਵੀ ਮਾਰ ਲਈਦੇ ਕਦੀ ਕਦੀ ਘਰ ਘਰ ਬਾਹਰ ਵੀ ਚਲਾ ਲਈਦਾ ਆਪਣਾ ਸਾਰੇ ਕੰਮ ਕਰੀਦੇ ਮਿਕਸ ਹੀ ਚੱਲਦਾ ਆਪਣਾ ਬਾਕੀ ਖੇਤੀਬਾੜੀ ਜ਼ਿਆਦਾ ਧਿਆਨ ਆ ਨਾ ਖੇਤੀਬਾੜੀ ਆਹ ਵੀਰ ਲਾਗੇ ਬੈਠਾ ਭਲਾ ਵਿਹਲਾ ਰਹਿੰਦਾ ਇਹਦੇ ਸਾਨੂੰ ਸ਼ੌਕ ਤਾਂ ਨੀ ਪਤਾ ਲੱਗਾ ਤੱਕ ਹੈਗੀ ਇਹਨੂੰ ਟ੍ਰੈਕਟਰ ਲੈ ਦੇਣਾ ਨਿੱਕਾ 2.5 ਲੱਖ ਦਾ ਦੋ ਸਿਲੰਡਰ ਸਹੀ ਗੱਲ